ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਕਾਂਗਰਸ ਸਰਕਾਰ ਤੇ ਆ ਦੋ ਤਿੰਨ ਦਿਨ ਹੋ ਗਏ ਜਿਹੜਾ ਇਹ ਮੈਂ ਕਹਿੰਦਾ ਫੇਸਬੁਕ ਖੋਲੀਏ ਤਾਂ ਜਾਂ ਤਾਂ ਰਾਜਾ ਵੜਿੰਗ ਦੀਦਾ ਜੇਕਰ ਅਸੀਂ YouTube ਖੋਲੀਏ ਤਾਂ ਆਸ਼ੂ ਮੰਤਰੀ ਦੇ ਜਿਹੜੇ ਸਪੋਰਟਰ ਬੈਠੇ ਆ ਕਾਂਗਰਸ ਬੈਠੇ ਆ ਜਿਹੜੇ ਵਿਜੀਲੈਂਸ ਦੇ ਸਾਹਮਣੇ ਤਾਂ ਸਾਨੂੰ ਉਹ ਦਿਸਦਾ ਫਿਰ ਅਸੀਂ ਹੁਣ ਜਾਈਏ ਤਾਂ ਜਾਈਏ ਕਿੱਧਰ ਇੱਕ ਮੈਂ ਗੱਲ ਇਹ ਵੀ ਕਰਨੀ ਚਾਹੁੰਨਾ ਮੈਂ ਵੀਡੀਓ ਵੇਖ ਕੇ ਆਟਿਆ ਜਿਹੜੀਆਂ ਭੈਣਾ ਬਿੱਬੀਆਂ ਬੈਠੀਆਂ ਸੀ ਉੱਥੇ ਧਰ ਨਾਲ ਆ ਕੇ ਉਹਨਾਂ ਵਿੱਚੋਂ ਮੀਡੀਆ ਵਾਲੇ ਇੱਕ ਆਸ਼ੂ ਜੀ ਦੀ ਭੈਣ ਜੀ ਦੱਸ ਰਹੇ ਆ ਤਾਂ ਹੁਣ ਜਿਹੜੇ ਉਹਨਾਂ ਦੇ ਭੈਣ ਜੀ ਆ ਉਹ ਕਹਿੰਦੇ ਆਸ਼ੂ ਇੱਕ ਬ੍ਰਾਂਡ ਆ ਉਹ ਆਸ਼ੂ ਇੱਕ ਉਹ ਚੀਜ਼ ਆ ਆਸ਼ੂ ਆ ਆਸ਼ੂ ਫਲਾਨਾ ਇਹ ਪੁਲਿਸ ਨੇ ਗਲਤ ਚੱਕਿਆ ਇਹ ਪੁਲਿਸ ਗਲਤ ਕਰ ਰਹੀ ਆ ਸਰਕਾਰ ਗਲਤ ਕਰ ਰਹੀ ਆ ਇਹ ਉਹ ਉਹ ਸਰਕਾਰ ਆ ਜਿਹੜੀ ਇੱਕ ਔਰਤ ਨੂੰ ਤਲਾਕ ਦਿੰਦੀ ਆ ਦੂਜੀ ਨਾਲ ਵਿਆਹ ਕਰਾਉਂਦੀ ਆ ਨਾਲ ਦੀਆਂ ਮਹਿਲਾਆਂ ਕਹਿ ਰੀਆਂ ਮੈਂ ਇੱਕ ਇੱਕ ਡੇਢ ਦਿਨ ਦੀ ਵੀਡੀਓ ਵੇਖ ਕੇ ਟਿਆ ਮੋਏ ਬੋਲ ਰਹੀਆਂ ਜਿਹੜੀਆਂ ਦੂਸਰੀਆਂ ਮਹਿਲਾ ਉਹ ਉਹਨਾਂ ਦਾ ਕਹਿਣਾ ਕੀ ਆ ਉਹ ਕਹਿੰਦੇ ਜੀ ਆਪਣਾ ਜਿਹੜੇ ਕਾਂਗਰਸੀਆਂ ਦੇ ਮਹਿਲਾ ਕਹਿੰਦੇ ਸਰਕਾਰ 100000 ਰੁਪਿਆ ਕਰਕੇ ਵਾਦਾ ਇਹ ਪੂਰਾ ਨਹੀਂ ਕਰ ਰਹੀ ਇਹ ਐ ਨਹੀਂ ਕਰ ਰਹੀ ਪਰ ਮੈਨੂੰ ਇੱਕ ਗੱਲ ਯਾਦ ਆਉਂਦੀ ਹੁੰਦੀ ਆ ਮੈਂ ਹਮੇਸ਼ਾ ਗੱਲ ਕਹਿਣਾ ਹੁੰਨਾ ਛੱਜ ਬੋਲੇ ਪਰ ਸ਼ਾਨਨੀ ਨੀ ਨਾ ਬੋਲੇ ਜਦੋਂ ਸ਼ਾਨਨੀ ਬੋਲਦੀ ਆ ਤਾਂ ਮੈਨੂੰ ਉਹਦੇ ਖੜਕੇ ਤੋਂ ਹਾਸਾ ਆਉਂਦਾ ਤੇ ਮੇਰਾ ਜੀ ਕਰਦਾ ਉਹ ਜਿਵੇਂ ਸ਼ਾਨਨੀ ਚ ਜਿਹੜਾ ਸੂੜਾ ਖੜਕਦਾ ਆਂਦਾ ਉਹ ਚੀਜ਼ ਆ ਸ਼ਾਨਨੀ ਕਿਉਂ ਕਹਿੰਨੇ ਆ ਕਿਉਂਕਿ ਤੁਹਾਡੇ ਵਿੱਚ ਝੂਠ ਖੜਕਦਾ ਚੂੜ ਕਿਵੇਂ ਖੜਕਦਾ ਜਿਹੜੀਆਂ ਅੱਜ ਭੈਣਾ ਬੋਲ ਰਹੀਆਂ ਕਿ ਯਾਰ ਯਾਰ ਰੁਪਈਆ ਨਹੀਂ ਪਾਇਆ ਇਹ ਸਰਕਾਰ ਨੂੰ ਕਹਿ ਰਹੀਆਂ ਜਿਨੇ ਕਹਿਣਾ ਉਹ ਉਹ ਬੰਦਾ ਕਲੇ ਜਿਹੜਾ ਖੁਦ ਸਹੀ ਦਿਆ ਹੁਣ ਉਹ ਕਹਿ ਰਹੇ ਆ ਜਿਹੜੀ ਜਿਹਦੀ ਸਰਕਾਰ ਦੇ ਵਿੱਚ ਆਉਦੇ ਵਾਦੇ ਪੂਰੇ ਨਹੀਂ ਹੋਏ ਕਾਂਗਰਸੀ ਇਹ ਕਹਿ ਰਹੇ ਆ ਯਾਰ ਯਾਰ ਰੁਪਈਆ ਕਿੱਥੇ ਆ ਕਾਂਗਰਸੀ ਇਹ ਕਹਿ ਰਹੇ ਆ ਆ ਚੀਜਾਂ ਕਿੱਥੇ ਆ ਕਾਂਗਰਸੀ ਇਹ ਕਹਿ ਰਹੇ ਆ ਬਿਜਲੀ ਕਿੱਥੇ ਆ ਮੈਂ ਤੁਹਾਨੂੰ ਪੁੱਛਦਾ 2016 ਦੇ ਵਿੱਚ ਘਰ ਘਰ ਨੌਕਰੀ ਜਿਹੜੀ ਗੱਲ ਕੀਤੀ ਸੀ ਤੇ ਤੁਹਾਡੀ ਉਹ ਘਰ ਘਰ ਵਾਲੀ ਨੌਕਰੀ ਕਿੱਥੇ ਆ ਮੈਨੂੰ ਉਹ ਨੌਕਰੀ ਦਿਖਾਓ ਤੁਸੀਂ ਗੱਲਾਂ ਕੀਤੀਆਂ ਸੀ ਨਾ ਮੋਬਾਈਲ ਫੋਨ ਦੇਹਿੰਦਗਾ ਉਹ ਮੋਬਾਈਲ ਫੋਨ ਕਿੱਥੇ ਆ ਕਿਹੜੇ ਘਰ ਘਰ ਦੇ ਵਿੱਚ ਦਿੱਤੇ ਗਏ ਆ ਉਹ ਗੱਲ ਦਿਖਾਓ ਤੁਸੀਂ ਤੁਸੀਂ ਗੱਲਾਂ ਕੀਤੀਆਂ ਸੀ ਅਸੀਂ ਬਿਜਲੀ ਐ ਕਰ ਦੇਣੀ ਆ ਅਸੀਂ ਯੋਗ ਕਰ ਦੇਣੀ ਆ ਉਹ ਦਿਖਾਓ ਪਹਿਲਾਂ ਤੁਸੀਂ ਕਿੱਥੇ ਆ ਸਾਰਾ ਕੁਝ ਕੀ ਕੀਤਾ ਤੁਸੀਂ ਕਿੰਨੇ ਵਾਦੇ ਆ ਜੇ ਤੁਹਾਡੇ ਵਾਦੇ ਗਿਣੌਣ ਲੱਗੇ ਦਾ ਭਾਈ ਸਾਹਿਬ ਮੇਰੇ ਸਾਹਦ ਨਾਲ ਰਾਤ ਪੈ ਜਾਣੀ ਇੱਥੇ ਅਸੀਂ ਤਾਂ ਸਿਰਫ 10 12 ਮਿੰਟਾਂ ਦੀ ਗੱਲ ਕਰਨ ਆਏ ਇੱਥੇ ਮੈਂ ਜੋ ਨਾ ਬੀਬੀਆਂ ਨੂੰ ਅੱਜ ਮੈਂ মিডিਆ ਨੂੰ ਕਹਿ ਰਿਹਾ মিডিਆ ਕਿਉਂ ਕਾਂਗਰਸ ਦਾ ਧਰਨਾ ਵਾਰ-ਵਾਰ ਵਖਾ ਰਹੀ ਆ ਕੀ ਤੁਸੀਂ ਰੋਟੀਆਂ ਸੇਕ ਨਹੀਂ ਚਾਹੁੰਦੇ ਆ ਆਪਣੀਆਂ ਕਿੰਨੇ ਕਿੰਨੀ ਵਿਜੀਲੈਂਸ ਜਾ ਜਾ ਕੇ ਹੋਰਾਂ ਥਾਵਾਂ ਤੇ ਵੀ ਕੋਈ ਨਾ ਕੁਝ ਕਰਦੀ ਹੋਣੀ ਆ ਉੱਥੇ ਤੁਸੀਂ ਕਿਉਂ ਨਹੀਂ ਪਹੁੰਚਦੇ ਜੇ ਤੁਸੀਂ ਇਹ ਤੁਸੀਂ ਮੰਤਰੀਆਂ ਨੂੰ ਸਵਾਲ ਪੁੱਛਣ ਜੁਗਰੇ ਨਹੀਂਗੇ ਥੋੜੇ ਤੇ ਆਰਦੇ ਤੇ ਸਵਾਲ ਖੜੇ ਹੋ ਜਾਣੇ ਮੈਂ মিডিਆ ਨੂੰ ਵਿੱਚ ਕਹਿ ਰਿਹਾ ਇੱਕੀ ਜਦੋਂ ਕੋਈ ਆਪੋ ਮੈਂ ਗੱਲ ਕਰਾਂ ਸੰਗਰੂਰ ਦੇ ਵਿੱਚੋਂ ਜਿਮਣੀ ਚੋਣ ਹੋ ਕੇ ਆਟੀ ਹਾਲੇ 2-3 ਮਹੀਨੇ ਹੋਏ ਆ ਤਾਂ ਉਹਦੇ ਵਿੱਚ ਇੱਕ ਜਿੰਨੇ ਵਿਚਾਰੇ ਯਾਦ ਉੱਠੇ ਸੀ ਤੁਸੀਂ ਉਹਨਾਂ ਦਾ ਕਿਸੇ ਨੇ ਨਾਂ ਨਹੀਂ ਬੋਲਿਆ ਜਿਹੜੇ ਪਾਰਟੀਆਂ ਦੇ ਸੀ ਤੁਸੀਂ ਉਹਦਾ ਨਾਂ ਲਿਆ ਤੇ ਜਿੰਨੇ ਹਲਕਾ ਜਲਾਲਾਬਾਦ ਦੇ ਵਿੱਚ ਉੱਠੇ ਸੀ ਤੁਸੀਂ ਆਜ਼ਾਦ ਆਜ਼ਾਦਾਂ ਦਾ ਨਾਂ ਨਹੀਂ ਲਿਆ ਤੁਸੀਂ ਪਾਲਟੀਆਂ ਵਾਲੇ ਦਾ ਨਾਂ ਲਿਆ ਆਜ਼ਾਦ ਇੱਥੋਂ ਮੈਂ ਬਿਠਾ ਹਲਕਾ ਜਲਾਲਾਬਾਦ ਦੇ ਵਿੱਚੋਂ ਹੋਰ ਬੜੀਆਂ ਕਹ ਲੋ ਆਪਣੇ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਲੋਕ ਉੱਠੇ ਸੀਗੇ ਪੰਜਾਬ ਦੇ ਵਿੱਚੋਂ ਤੁਸੀਂ ਬੋਲਦੇ ਨਹੀਂ ਕਿਤੇ ਮੈਂ ਅੱਜ ਮੀਡੀਆ ਨੂੰ ਵੀ ਕਹਿਣੀ ਚਾਹੁੰਨਾ ਤੇ ਮੈਂ ਮੀਡੀਆ ਨੂੰ ਇਹ ਬੇਨਤੀ ਵੀ ਕਰ ਰਿਹਾ ਜਿਹੜੀਆਂ ਉੱਥੇ ਕਾਂਗਰਸ ਦੀਆਂ ਮਹਿਲਾਵਾਂ ਬੈਠੀਆਂ ਉਹਨਾਂ ਵਿੱਚੋਂ ਪੁੱਛੋ ਵੀ ਤੁਹਾਡੇ ਵਾਅਦੇ ਕਿੱਥੇ ਗਏ ਉਹ ਕਾਂਗਰਸ ਵੇਲੇ ਕਿੱਥੇ ਸੀ ਤੁਸੀਂ ਛੱਜ ਬੋਲੇ ਪਰੇਸ਼ਾਨ ਨਹੀਂ ਕਿਉਂ ਬੋਲੇ ਰਾਜਾ ਵੜਿੰਗ ਬੜਾ ਚੀਕ-ਚੀਕ ਕੇ ਬੋਲੇ ਸੀ ਉਸ ਦਿਨ ਕਿ 2022 ਦੇ ਵਿੱਚ ਤਾਂ ਸਾਡੀਆਂ ਫੈਲਾ ਖੁੱਲਣਾਂ ਆ ਕੇ 27 ਦੇ ਵਿੱਚ ਥੋੜੀਆਂ ਖੁੱਲਣ ਗਈਆਂ ਤੇ ਇੰਦਰਜੀਤ ਨਿੱਕੂ ਦਾ ਬੜਾ ਰੌਲਾ ਪਿਆ ਸੀ ਇੰਦਰਜੀਤ ਨਿੱਕੂ ਉਹ ਬਾਬੇ ਕੋਲ ਕਿਉਂ ਗਿਆ ਉਹ ਪੰਡਿਤ ਕੋਲ ਕਿਉਂ ਗਿਆ ਰਾਜਾ ਵੜਿੰਗ ਕੋਲੇ ਆ ਜਾਂਦਾ ਭਾਈ ਇਹ ਪੁੱਛਾ ਤੇਰੀ ਸਹੀ ਕੱਢ ਦਿੰਦਾ ਫੇ ਕਿਵੇਂ ਭੁੱਖ ਬਾਣੀਆਂ ਕਰ ਰਿਆ ਅਖੇ 2027 ਵਿੱਚ ਸਾਡੀ ਸਰਕਾਰ ਹੋਊਗੀ ਉਹ ਭਲੇ ਮੰਕਸਾ ਜਿਹੜੇ ਚਾਰ ਬਣੇ ਐ ਐਮਐਲਏ ਕਿਤੇ ਉਹਨਾਂ ਤੋਂ ਨਾ ਭੱਜੋ ਜਿਵੇਂ ਤੁਹਾਡੇ ਤੇ ਹਾਸਾ ਹੀ ਜਾਂਦਾ ਜੇ ਤੁਹਾਡਾ ਆਹੀ ਕੰਮ ਚੱਲਦਾ ਰਿਹਾ ਤੁਸੀਂ ਇਹ ਕਰ ਰਹੇ ਹੋ ਆ ਤੁਸੀਂ ਤੁਸੀਂ ਉਹਦੇ ਗੱਲ ਕੀਤੀ ਉਹ ਆਪਣਾ ਆਸ਼ੂ ਪੂਸ਼ਣ ਸਾਡਾ ਆਸ਼ੂ ਮੰਤਰੀ ਅਖੇ ਛੇਰਾ ਛੇਰ ਨਹੀਂ ਬੱਬਰ ਛੇਰਾ ਉਹ ਆਸ਼ੂ ਦਾ ਵਿਚਾਰ ਦਾ ਹਾਸਾ ਨਿਕਲੀ ਜਾਵੇ ਨਾ ਤੇ ਨਾਲ ਹੀ ਰਵਨੀਤ ਬਿੱਟੂ ਦਾ ਹਾਸਾ ਨਿਕਲੀ ਜਾਵੇ ਰਵਨੀਤ ਬਿੱਟੂ ਚਰਤਾ ਹੀ ਖੜਾ ਚੱਕੀ ਹੋਣਾ ਕਿ ਹੁਣੇ ਕੁਰਸੀ ਸੀਐਮ ਦੀ ਡਿੱਗੂਗੀ ਕੁਛ ਨਹੀਂ ਡਿੱਗਣਾ ਭੁੱਲ ਜੇ ਇਹ ਗੱਲਾਂ ਨੂੰ ਤੁਸੀਂ ਤੁਹਾਡੇ ਨਾਲ ਇੱਕ ਉਹ ਵੀ ਐਮਐਲਏ ਖੜਾ ਸੀ ਜਿਹਨੇ ਸੱਚ ਨੂੰ ਫੋਨ ਲਾਇਆ ਸੀ ਕਹਿੰਦਾ ਤੈਨੂੰ ਪਤਾ ਨਹੀਂ ਐ ਸੱਚੋ ਕੌਣ ਹੁੰਦਾ ਆਪਦੀਆਂ ਗੱਲਾਂ ਕਾਹਦੀਆਂ ਗੱਲਾਂ ਭੁੱਲ ਗਏ ਆਖੇ ਬੁੱਢੇ ਉਮਰੇ ਪਤਾ ਲੱਗੂ ਕਰਤੂਤਾ ਕਰੀਆਂ ਦਾ ਹੁਣ ਕਰਤੂਤਾ ਹੁਣ ਪਤਾ ਲੱਗਦਾ ਵੀ ਕੀ ਕਰਦੇ ਨੇ ਤੇ ਕੀ ਹੁੰਦਾ ਰਿਹਾ ਲਾ ਵੀਰੇ ਦਾ ਗਾਣਾ ਸੀਗਾ ਤੋ ਗੱਲ ਮੈਂ ਐਮਐਲਏ ਨੂੰ ਕਹਿ ਦਿੰਨਾ ਆ ਪੰਜ ਸਾਲ ਜਵਾਨੀ ਹੁੰਦੀ ਤੁਹਾਡੇ ਤੋਂ ਤੇ ਤੁਸੀਂ ਉਹਦੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਆਸ਼ੂ ਅੱਜ ਆਹੀ ਆਪਣਾ ਸਾਬਕਾ ਆਸ਼ੂ ਮੰਤਰੀ ਹੈ ਇਹਦੀ ਭਾਸ਼ਾ ਵੇਖੋ ਕਿਹੋ ਜੀ ਸੀ ਨਾਲ ਇਹ ਕਹਿ ਵੀ ਕਹਿ ਰਹੇ ਸੀ ਆਸ਼ੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹ ਪਹਿਰਾ ਦੇਣ ਵਾਲਿਓ ਵੀਰੋ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀਜੀ ਲੈਂਸ ਨੇ ਉਹਨੂੰ ਉਹਨੂੰ ਗ੍ਰਿਫਤਾਰ ਕੀਤਾ ਤਾਂ ਵੀਜੀ ਲੈਂਸ ਵਾਲੇ ਜੇਕਰ ਉਹਨਾਂ ਕੋਲ ਸਬੂਤ ਨਹੀਂ ਗਏ ਤਾਂ ਫਿਰ ਉਹਨਾਂ ਨੇ ਗ੍ਰਿਫਤਾਰ ਕਿਉਂ ਕਰ ਲਿਆ ਜੇ ਤੁਹਾਡੀ ਰਾਜਨੀਤੀ ਚੱਲਦੀ ਆ ਜੇ ਤੁਸੀਂ ਸਰਕਾਰ ਨੂੰ ਕਹਿ ਰਹੇ ਆ ਕੀ ਤਾਂ ਫਿਰ ਤੁਸੀਂ ਇੱਕ ਰਾਜਾ ਵਾਂਗ ਧੰਕੀ ਦੇ ਰਿਹਾ ਸਰਕਾਰ ਨੂੰ ਵੀ 2027 ਚ ਅਸੀਂ ਫੈਲਾ ਫਰੋਲਾਂਗੇ ਫੈਲਾ ਫਰੋਲਨ ਚ ਰਹੋ ਜੇ ਤੁਸੀਂ ਇੱਕ ਦੂਜੇ ਕੰਮ ਹੀ ਫੈਲਾ ਫਰੋਲਨ ਤੇ ਕਰੋਗੇ ਪੰਜਾਬ ਦਾ ਕੌਣ ਸੋਚੂਗਾ ਆ ਕਹੋ ਇੱਥੇ ਮੈਂ ਕਿਹੜੇ ਸਕੂਲਾਂ ਦਾ ਕੌਣ ਸੋਚੂਗਾ ਉਹ ਜਿਹੜੇ ਕੱਲੀਆਂ ਵਿਧਾਨ ਸਭਾ ਦੇ ਐਮ ਐਲ ਏ ਬਣ ਕੇ ਸਰਕਾਰਾਂ ਦੇ ਵਿਰੁੱਧ ਬੋਲ ਕੇ ਸੱਜਣ ਪਿਆਰੋ ਇਹ ਵਿਕਾਸ ਨਹੀਂ ਹੋਣੇ ਤੁਸੀਂ ਉਹ ਆਪਦੇ ਭਾਸ਼ਣ ਯਾਦ ਕਰਿਆ ਕਰੋ ਜੇ ਤੁਸੀਂ ਭੁੱਲਦੇ ਹੋ ਨਾ ਤਾਂ ਤੁਹਾਨੂੰ ਇੱਕ ਆਪ ਕਹਿ ਲਓ ਨਾ ਪੈਨ ਡਰਾਈਵ ਲੈ ਦੇ ਕਰਾਂਗੇ ਤੇ ਤੁਹਾਡੀ ਐਲਈਡੀ ਲਾਤੀ ਉਹਦੇ ਵਿੱਚ ਉਹਦੇ ਕਾਰਾਂ ਦੇ ਵਿੱਚ ਤਾਂ ਵੇਖੀ ਗਏ ਵਾਦੇ ਤੁਹਾਨੂੰ ਇੱਕ ਇੱਕ ਕਰਕੇ ਯਾਦ ਆ ਜਾਇਆ ਕਰੂਗਾ ਇਹ ਮੈਨੂੰ ਤੁਸੀਂ ਦੱਸੋ ਤੁਸੀਂ ਜਾ ਕਿੱਧਰ ਨੂੰ ਰਹੇਗਾ ਆ ਬੇੜੀ ਬੀਬਾ ਬੋਲ ਰਹੀ ਸੀ ਕਿ ਯਾਰ ਯਾਰ ਰੁਪਈਆ ਕਿੱਥੇ ਆ ਕਿਹੜਾ ਯਾਰ ਯਾਰ ਰੁਪਈਆ ਉਹ ਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਬੀਬਾ ਜੀ ਘਰ ਘਰ ਨੌਕਰੀ ਕਿੱਥੇ ਆ ਤੁਸੀਂ ਉਹਦੇ ਕਿੱਥੇ ਗਏ ਸੀ ਆਏ ਕਾਂਗਰਸੀ ਕਿੱਥੇ ਸੀ ਜਿੱਦੇ ਤੁਹਾਡੀ ਸਰਕਾਰ ਦੇ ਵਿੱਚ ਲੋਕਾਂ ਤੇ ਅਤਿਆਚਾਰ ਹੋ ਰਹੇ ਸੀ ਤੁਸੀਂ ਉਦੋਂ ਕਿੱਥੇ ਸੀ ਜਿੱਦੇ ਨੌਜਵਾਨਾਂ ਦੇ ਸਾਡੀਆਂ ਧੀਆਂ ਧਿਆਨੀਆਂ ਦੇ ਲਾਠੀ ਚਾਰਜ ਹੋ ਰਹੇ ਸੀ ਤੁਸੀਂ ਉਦੋਂ ਕਿੱਥੇ ਸੀ ਮੈਂ ਦੱਸਦਾ ਕਿੱਥੇ ਸੀ ਤੁਸੀਂ ਉਦੋਂ ਤੁਸੀਂ ਆਪਦੀ ਪਾਵਰ ਦੇ ਵਿੱਚ ਮਗਨ ਹੋਏ ਪਏ ਸੀ ਜਿਵੇਂ ਇੱਕ ਜੋਗੀ ਬੀਨ ਵਜਾਉਂਦਾ ਤੇ ਸੱਪ ਮਗਨ ਹੋ ਜਾਂਦਾ ਨਾ ਟਾਂਡਾ ਟਿੰਡੜ ਐਜੇ ਵਜਾਉਂਦੇ ਜਦੋਂ ਤੋ ਤੁਸੀਂ ਵੀ ਮਗਨ ਸੀਗੇ ਪਾਵਰ ਆਏ ਹੈ ਉਦੋਂ ਤੁਹਾਨੂੰ ਵੀ ਜਦੋਂ ਨੌਜਵਾਨਾਂ ਦੇ ਲਾਠੀ ਚਾਰਜ ਹੁੰਦਾ ਸੀ ਤੁਹਾਨੂੰ ਉਦੋਂ ਖੜਕਾ ਨਹੀਂ ਹੁੰਦਾ ਸੀ ਅੱਜ ਅੱਜ ਕੋਈ ਚੀਕ ਵੀ ਮਾਰਦਾ ਤੁਸੀਂ ਕਹਿੰਦੇ ਹਾਏ ਨੌਜਵਾਨ ਸਾਡੇ ਇਹ ਉਹੀ ਨੌਜਵਾਨ ਆ ਜਿਹਨਾਂ ਤੁਸੀਂ ਕੁੜਦੇ ਆਏ ਆ ਤੁਸੀਂ ਉਦੋਂ ਕਿੱਥੇ ਸੀ ਬੀਬਾ ਜੀ ਜਿਹੜੀਆਂ ਪੈਣਾ ਧਰਨੇ ਦੇ ਬੈਠੀਆਂ ਜਿਹੜੇ ਕਾਂਗਰਸੀ ਵੀਰ ਧਰਨੇ ਦੇ ਬੈਠੇ ਆ ਤੁਹਾਡੇ ਬੱਚੇ ਤਾਂ ਤਗੜੇ ਤਗੜੇ ਸਕੂਲਾਂ ਦੇ ਵਿੱਚ ਫੜ ਰਹੇ ਆ ਉਹ ਜਿਹੜੇ ਜਿਹੜੇ ਲੋਕਾਂ ਦੇ ਤੁਸੀਂ ਤੁਸੀਂ ਵੋਟਾਂ ਲੈਣੇ ਆ ਲੋਕਾਂ ਨੂੰ ਵਰਾਵਰਾ ਕੇ ਪਸਮਾ ਪਸਮਾ ਕੇ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਭਾਈ ਸਾਹਿਬ ਉਹਨਾਂ ਦਾ ਕੀ ਬਰੂਗਾ ਥੋਡੇ ਕੋ ਲਾਜ ਕਰਾਉਣ ਨੂੰ ਪੈਸੇ ਆ ਲੋਕਾਂ ਦੇ ਕੋਲ ਸਿਰਦਰਦ ਦਵਾਈ ਲੈਣ ਨੂੰ ਪੈਸੇ ਨਹੀਂ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਕੰਮ ਤੁਹਾਡੀ ਸਰਕਾਰ ਕਰਦੇ ਉਹ ਕੰਮ ਚੰਗਾ ਜਿਹੜੀ ਹੋਰ ਕੋਈ ਕਰਦੇ ਉਹ ਕੰਮ ਮਾੜਾ ਇਹ ਕਿਹੜੀਆਂ ਤੁਸੀਂ ਗੱਲਾਂ ਕਰ ਰਹੇ ਆ ਰਾਜਾ ਵੜਿੰਗ ਦੱਸੂਗਾ ਲੋਕਾਂ ਨੂੰ ਵੀ ਉਹ ਮੰਤਰੀ ਹੁਣ ਵਿੱਚੇ ਨੇ ਉਹ ਵੀ ਗੱਲ ਕਹੀ ਸੀ ਆ ਵਿਚਾਰੇ ਰਾਤ ਨੂੰ ਜਦੋਂ ਫਿਰ ਉਹ ਪੁੱਛੇ ਮੀਡੀਆ ਸਵਾਲ ਮੈਂ ਫੜਿਆ ਰਾਜ ਸਿੰਘ ਬਹਾਦਰ ਵਰਗੇ ਵੀ ਸੀ ਫਲਨ ਨਾ ਢੂੰਕਾ ਉਹ ਆ ਉਹ ਯਾਰ ਦੱਸੋ ਤੁਸੀਂ ਬੋਲਦੇ ਆ ਗੱਲਾਂ ਤੁਸੀਂ ਆਪ ਦੀਆਂ ਰਿਕਾਰਡਿੰਗਾਂ ਭੁੱਲ ਗਏ ਆ ਦਰਜੀ ਨੂੰ ਕਹਿੰਦੇ ਸੀ ਤੁਹਾਡਾ ਮੈਂ ਸਿਰ ਕੰਜਾ ਕਰ ਦੂੰਗਾ ਦਰਜੀ ਨੂੰ ਆਖਿਆ ਸੀ ਨਾ ਤੁਸੀਂ ਇਹ ਸ਼ਬਦ ਤੇਰੇ ਮਾਰ ਮਾਰ ਕੇ ਸਿਰ ਕੰਜਾ ਕਰ ਜਾਵਾਂਗਾ ਦਰਜੀ ਵਿਚਾਰਾ ਚੁੱਪ ਹੋ ਗਿਆ ਫਿਰ ਤੁਸੀਂ ਇੱਕ ਬੰਦੇ ਦੇ ਪਰਚਾ ਪਵਾਉਂਦੇ ਸੀ ਜਿਹਨੇ ਤੁਹਾਨੂੰ ਸਵਾਲ ਪੁੱਛੇ ਸੀ 306 ਕਹਿੰਦੀ 307 ਦਾ ਪਰਚਾ ਪਵਾਉਂਦੇ ਸੀ ਭੁੱਲ ਗਏ ਉਹ ਚੀਜ਼ਾਂ ਕਿਹੜੀਆਂ ਕਿਹੜੀਆਂ ਯਾਦ ਦਿਵਾਵਾਂ ਇਹ ਉਹੀ ਆਸ਼ੂ ਮੰਤਰੀ ਆ ਜਿਹੜਾ ਹੋਰ ਅਫਸਰਾਂ ਤੇ ਰੋ ਮਾਰਦਾ ਸੀ ਮੰਤਰੀ ਨਾਲ ਗੱਲ ਹੋ ਰਹੀ ਤੇ ਤੇ ਮੰਤਰੀ ਨੂੰ ਪਤਾ ਨਹੀਂ ਸੀਗਾ ਵੀ ਆਖਿਰ ਨੂੰ ਜਾਣਾ ਕਿੱਥੇ ਆ ਤੁਸੀਂ ਤਾਂ ਜਦੋਂ ਤੁਹਾਡੀ ਕਾਂਗਰਸ ਬਣੀ ਸੀ ਨਾ ਤੁਹਾਡੇ ਮੰਤਰੀਆਂ ਨੂੰ ਅੱਧਾ ਕਨੂੰ ਐ ਹੋ ਗਿਆ ਸੀ ਵੀ ਜਿਵੇਂ ਵੋਟਾਂ ਪੈਣਗੀਆਂ ਹੀ ਨਹੀਂ ਅੱਗੇ ਤੂੰ ਜਿਵੇਂ ਵੋਟਾਂ ਫੇਲ ਹੀ ਹੋਊਗਾ ਸਰਕਾਰ ਹੀ ਸਾਡੀ ਰਹਿਣੀ ਆ ਇਹ ਤਾਂ ਛੁਕਰ ਕਰੋ ਤੁਹਾਨੂੰ 5 ਸਾਲ ਯਾਦ ਰਹਿ ਜਾਂਦੇ ਆ ਜੇ ਕਿਤੇ 5 ਸਾਲ ਦੀ ਥਾਂ ਤੇ ਮੈਂ ਕਹਿੰਦਾ ਤੁਹਾਨੂੰ ਯਾਦ ਨਾ ਨਾ ਰਹਿਣ ਤਾਂ ਤੁਸੀਂ ਲੋਕਾਂ ਦਾ ਜੀਣਾ ਦੁੱਪਰ ਕਰ ਦੋ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਇਹ ਤੁਸੀਂ ਇਹ ਤੁਸੀਂ ਸਵਾਲ ਪੁੱਛ ਰਹੇ ਆ ਮੈਂ ਮੈਨੂੰ ਇੱਕ ਵੀਡੀਓ ਵੇਖ ਕੇ ਹਾਸਾ ਵੀ ਆ ਗਿਆ ਜਦੋਂ ਪਾਣੀ ਘਰੇ ਦੇ ਪਾਣੀ ਕਦੇ ਖਤਮ ਹੋਣ ਵਾਲਾ ਆ ਜਾਂਦਾ ਘਰੇ ਚੋਂ ਪਾਣੀ ਜਦੋਂ ਮੱਛੀ ਬੁੜਕਣ ਲੱਗ ਜਾਂਦੀ ਆ ਤੇ ਉਹ ਗੱਲ ਸਾਡੀ ਬੀਬਾ ਜਿਹੜੀ ਪ੍ਰਨੀਤ ਕੌਰ ਜੀ ਕੈਪਟਨ ਮਰਿੰਦਰ ਸਿੰਘ ਦੇ ਆਪਣੇ ਆਪਣੇ ਸਾਫ ਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਵਾਈਫ ਉਹ ਜਾ ਕੇ ਉਹ ਕਹਿੰਦੇ ਵਾਦੇ ਪੂਰੇ ਕਰੋ ਪੰਜਾਬ ਸਰਕਾਰ ਭਗਵੰਤ ਮਾਨ ਜੀ ਵਾਦੇ ਪੂਰੇ ਕਰੋ ਆਏ ਵਾਹ ਵਾਹ ਹਬੀਬੀ ਕਸਮੀ ਗੱਲ ਹੈ ਮੈਂ ਅੱਜ ਤੱਕ ਥੋੜਾ ਭਾਸ਼ਣ ਨਹੀਂ ਸੁਣਿਆ ਸੀ ਤੇ ਮੈਂ 2019 ਤੋਂ ਸੋਚ ਰਿਹਾ ਸੀ ਬੀਬਾ ਜੀ ਬੋਲਦੇ ਕਿਵੇਂ ਹੋਣਗੇ ਪਰ ਅੱਜ ਸੁਣ ਲਿਆ ਬੀਬਾ ਜੀ ਤੁਸੀਂ ਉਹਨਾਂ ਨੂੰ ਵਾਦੇ ਜੇ ਪੁੱਛ ਰਹੇ ਆ ਛੱਜ ਬੋਲੇ ਨਾਲ ਛਾਨ ਨਹੀਂ ਕਿਉਂ ਬੋਲੇ ਤੁਸੀਂ ਪਹਿਲਾਂ ਆਪਣੇ ਆਪ ਦੇ ਆਪਣੇ ਜਿਹੜੇ ਤੁਹਾਡੇ ਪਤੀ ਸਾਹਿਬ ਪਤੀ ਜੀ ਆ ਉਹਨਾਂ ਤੋਂ ਪੁੱਛੋ ਗੁਰਗਾ ਸਾਹਿਬ ਦੀ ਸੌਂ ਖਾ ਕੇ ਭੁੱਲ ਗਏ ਹੋ ਭੁੱਲ ਗਏ ਹੋ ਕੀ ਗੱਲਾਂ ਕਰੀਏ ਨੇ ਬੀਬਾ ਜੀ ਉਹ ਤੋਂ ਕਿਉਂ ਨਹੀਂ ਬੋਲੇ ਤੁਸੀਂ ਯਾਦ ਕਰਾਓ ਕੈਪਟਨ ਮਰਿੰਦਰ ਸਿੰਘ ਜੀ ਨੂੰ ਯਾਦ ਯਾਦ ਕਰਾਓ ਤੁਸੀਂ ਉਹ ਬੰਦਾ ਉਂਗਲ ਚੱਕੇ ਸਰਕਾਰ ਤੇ ਜਿਹੜਾ ਬੰਦੇ ਨੇ ਕਦੇ ਲੋਕਾਂ ਤੇ ਉਂਗਲ ਨਹੀਂ ਚੱਕੀ ਜਾਂ ਲੋਕਾਂ ਤੇ ਅਤਿਆਚਾਰ ਨਹੀਂ ਕੀਤਾ ਤੇ ਮੈਂ ਕਾਂਗਰਸ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਲੋਕਾਂ ਨੂੰ ਵੀ ਇੱਕ ਗੱਲ ਕਹਿ ਦੇਵਾਂ ਕਾਂਗਰਸ ਦਾ ਮੰਤਰੀ ਗ੍ਰਿਫਤਾਰ ਹੋਇਆ ਤਾਂ ਇਹਨਾਂ ਨੇ ਧਰਨੇ ਲਾਤੇ ਉੱਥੇ ਭਾਵੇਂ ਉਹ ਗਲਤ ਸੀ ਜਾਂ ਭਾਵੇਂ ਉਹ ਸਹੀ ਸੀ ਬਸ ਆਸ਼ੂ ਮੰਤਰੀ ਤੇਰੀ ਸੋਚ ਤੇ ਪਹਿਰੇ ਦੇਾਂਗੇ ਠੋਕ ਕੇ ਉਹ ਆਪਣੇ ਨੌਜਵਾਨਾਂ ਤੇ ਇਹਨਾਂ ਦੀ ਸਰਕਾਰਾਂ ਦੇ ਨਜ਼ਾਇਜ਼ ਪਰਚੇ ਹੋ ਗਏ ਉਹ ਵੀ ਜਿਹੜੇ ਉੱਥੇ ਕੀ ਨੌਕਰੀਆਂ ਮੰਗਦੇ ਸੀ ਜਾਂ ਜਿਹੜੇ ਉੱਥੇ ਪ੍ਰਮਾਤਮਾ ਭਲੀਆਂ ਕਰੇ ਜਾਂ ਜਿਹੜੇ ਵਿਚਾਰੇ ਕਿਸਾਨ ਜਾਂ ਮਜ਼ਦੂਰ ਜਾਂ ਬਾਬਾ ਮੈਂ ਕਿਹਦੇ ਕਿਹਦੇ ਨਾਂਗ ਨਾ ਬੇਰੋਜ਼ਗਾਰ ਤੇ ਆਪਕ ਜਾਂ ਜਿਹੜੇ ਇਹਨਾਂ ਦੇ ਵਿਰੁੱਧ ਬਾਤ ਚੱਕਦੇ ਸੀ ਉਹਨਾਂ ਤੇ ਨਜ਼ਾਇਜ਼ ਪਰਚੇ ਹੋਏ ਔਰ ਆਪਣੇ ਚ ਹਿੰਮਤ ਨਹੀਂ ਪਈ ਵੀ ਆਪਾਂ ਜਾ ਕੇ ਥਾਣੇ ਤੇ ਬਾਰਕੇ ਬੈਜ ਗਏ ਤੇ ਪੁਲਿਸ ਨੂੰ ਕਹਿ ਦਗੇ ਸਰਕਾਰ ਨੂੰ ਕਹਿ ਦਗੇ ਵੀ ਇਹ ਬੰਦਾ ਗੁਨਾਹ ਕਰਾ ਹੈ ਨੀਗਾ ਇਹ ਮਤਲਬ ਬੰਦਾ ਮਤਲਬ ਬੰਦੇ ਦਾ ਕੋਈ ਕਸੂਰ ਨਹੀਂਗਾ ਤੇ ਚੱਕਿਆ ਕਿਉਂ ਗਿਆ ਵੀ ਦੋ ਇੱਥੇ ਜਿਹੜੇ ਬੰਦੇ ਚਰਨ ਕੀਤਾ ਕੱਖ ਨਹੀਂ ਉਹਨਾਂ ਬੰਦਿਆਂ ਨੂੰ ਉਹ ਅੰਦਰ ਹੋ ਗਏ ਸਰਕਾਰਾਂ ਵਲੇ ਇਹਨਾਂ ਦੀਆਂ ਕਿੰਨਾ ਕਿੰਨਾ ਤੇ ਹੋਏ ਉਹਨੇ ਪਰਚੇ ਤੁਸੀਂ ਇੱਕ ਗੱਲ ਦੱਸੋ ਇਹ ਇੱਕ ਗੱਲ ਉਹ ਪਾਰਟੀਆਂ ਵਾਲੇ ਚੰਗੇ ਆ ਲੋਕੋ ਆਪਣੇ ਨਾਲੋਂ ਚੰਗੇ ਆ ਇੱਕ ਆ ਕਰ ਲੈਂਦੇ ਆ ਭਾਵੇਂ ਜਮੇਂ ਗਲਤ ਹੋਵੇ ਬੰਦੇ ਇਹਨਾਂ ਕਹਿੰਦੇ ਖੜ ਗਏ ਅਸੀਂ ਬਸ ਰਾਜੇ ਵਿੜਿੰਗ ਨੇ ਸਿੱਖਿਆ ਤਾਂ ਕਦੇ ਗੱਲ ਨਹੀਂ ਕੀਤੀ ਰਾਜੇ ਵਿੜਿੰਗ ਨੇ ਕਦੇ ਸਿਹਤ ਤੇ ਗੱਲ ਨਹੀਂ ਕੀਤੀ ਰਾਜੇ ਵਿੜਿੰਗ ਨੇ ਕਦੇ ਰੋਜ਼ਗਾਰ ਦੀ ਗੱਲ ਨਹੀਂ ਕੀਤੀ ਸਿਰਫ ਨਿਖੇਧੀ ਕਰਦਾ ਦੂਜੀਆਂ ਪਾਰਟੀਆਂ ਦੀ ਤੇ ਤੁਸੀਂ ਇਹਨਾਂ ਨੂੰ ਐਮਐਲਏ ਬਣਾ ਦਿੰਨੇ ਆ ਤੁਸੀਂ ਇਹਨਾਂ ਨੂੰ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਇਹ ਦੱਸੋ ਇੱਕ ਬਸ ਦੇ ਵਿੱਚ 50 55 ਸੀਟਾਂ ਹੁੰਦੀਆਂ ਤਾਂ ਉਥੋਂ ਇਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਪਰਚੇ ਪਾਤੇ ਉਹਨਾਂ ਬੱਸਾਂ ਤੇ ਤਾਂ ਫਿਰ ਇਹਨਾਂ ਨੇ ਕੀ ਹੋਇਆ ਜੋ ਬੱਸਾਂ ਦੇ ਪਰਚੇ ਪਾਤੇ ਤੇ ਅੱਗੇ ਜਿਹੜੇ ਟਰਾਂਸਪੋਰਟ ਜਿਹੜੇ ਅਧਿਕਾਰੀ ਸੀ ਟਰਾਂਸਪੋਰਟ ਇਹਨਾਂ ਦੇ ਮੰਤਰੀ ਉਹ ਵੀ ਕਾਂਗਰਸ ਦੇ ਸੀਗੇ ਉਹਨਾਂ ਨੇ ਕਿਉਂ ਨਹੀਂ ਪਾਈ ਦਿਖਾਵਾ ਕਰਦੇ ਰਹੇ ਪਰ ਤੁਸੀਂ ਫਿਰ ਵੀ ਰਾਜਾ ਵੜਿੰਗ ਜੀ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਕਿ ਖਿਆਲੀ ਗੋਲੀਆਂ ਲੈਣੀਆਂ ਛੱਡ ਦਿਓ ਜਿਹੜੀਆਂ ਤੁਸੀਂ ਖਿਆਲ ਦੇ ਵਿੱਚ ਇਹ ਸੋਚਦੇ ਸਤਾਈ ਦੇ ਵਿੱਚ ਸਾਡੀ ਸਰਕਾਰ ਬਣੂਗੀ ਬੜਾ ਸ਼ੀਸ਼ਾ ਤੁਹਾਡੇ ਸਾਹਮਣੇ ਆਇਆ ਪਿਆ ਉਹ ਸੁਫਰੇ ਦੇ ਵਿੱਚ ਉਠੋ ਉਠੋ ਮਤਲਬ ਉਠਣ ਦੀ ਕੋਸ਼ਿਸ਼ ਕਰੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਰਕਾਰ ਨਾ ਬਣਾਓ ਅਸੀਂ ਕਹਿੰਦੇ ਸਰਕਾਰ ਬਣਾਓ ਪਰ ਸੱਚਾਈ ਤੇ ਚੱਲ ਕੇ ਬਣਾਓ ਇਹ ਨਹੀਂ ਵੀ ਇੱਕ ਮੰਤ ਦੇ ਯਾਰ ਜੇ ਤੁਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਆ ਜੇ ਗਰੀਬੀ ਖਤਮ ਕਰਨਾ ਚਾਹੁੰਦੇ ਆ ਤਾਂ ਫਿਰ ਵਿਜੀਲੈਂਸ ਨੇ ਐਵੇਂ ਨਿਆਜ਼ਬੰਦੇ ਚੱਕੇ ਆ ਤਾਂ ਤੁਸੀਂ ਸਬੂਤ ਦਿਖਾਓ ਵੀ ਆਹ ਚੀਜ਼ਾਂ ਸਹੀ ਆ ਸਾਡੀਆਂ ਬਣੀਆਂ ਇੱਥੋਂ ਕੀ ਤੁਹਾਡੇ ਜਿਹੜਾ ਥੋਡੀ ਤੁਹਾਡੀ ਕਾਂਗਰਸ ਵੇਲੇ ਰਵਨੀਤ ਬਿੱਟੂ ਦਾ ਖਣੀ ਚਾਚੇ ਦਾ ਪੁੱਤ ਸੀ ਖਣੀਏ ਦਾ ਭਰਾ ਸੀ ਖਣੀਏ ਦਾ ਭਤੀਜਾ ਸੀ ਰੱਬ ਜਾਣੇ ਉਹਨੂੰ ਡੀਐਸਪੀ ਲਾਇਆ ਗਿਆ ਸੀ ਉਹ ਸਹੀ ਸੀ ਥੋਡੀ ਸਰਕਾਰ ਵੇਲੇ ਤੁਹਾਡੇ ਐਮਐਲਏ ਦੋ ਦੋ ਐਮਐਲਏ ਦੇ ਬੱਚਿਆਂ ਨੂੰ ਇੱਕ ਨੂੰ ਖਣੀ ਤਹਿਸੀਲਦਾਰ ਖਣੀ ਪਟਵਾਰੀ ਇਸ ਤਰੀਕੇ ਦੇ ਉਹਨਾਂ ਨੂੰ ਨੌਕਰੀਆਂ ਤੇ ਲਾਇਆ ਗਿਆ ਸੀ ਕੀ ਉਹ ਸਹੀ ਸੀ ਦੱਸੋ ਬਿਨਾ ਭਰਤੀ ਤੋਂ ਬਿਨਾ ਰੇਸ ਤੋਂ ਲਾਇਆ ਗਿਆ ਸੀ ਉਹਨਾਂ ਨੂੰ ਕੀ ਉਹ ਸਹੀ ਸੀ ਦੱਸੋ ਕਿਹੜੇ ਕੰਮ ਤੁਹਾਡੀ ਸਰਕਾਰ ਵੇਲੇ ਸਹੀ ਹੋਏ ਆ? ਇਹ ਮੈਨੂੰ ਲੱਗਦਾ ਨਾ ਇਹ ਮਤਲਬ ਮੇਰੇ ਰਾਜਾ ਬਰਿੰਗ ਸਾਹਿਬ ਜੀ ਸਤਕਾਰਯੋਗ ਵੱਡੇ ਭਰਾ ਜੀ ਤੁਹਾਨੂੰ ਆਦਤਾਂ ਲੋਕਾਂ ਤੋਂ ਵੋਟਾਂ ਲੈ ਕੇ ਜਿਹੜੇ ਕੰਮ ਕਹੇ ਸੀ ਉਹ ਭੁੱਲਣ ਦੀ ਪਰ ਲੋਕਾਂ ਨੂੰ ਆਦਤ ਨਹੀਂ ਗਈ ਲੋਕਾਂ ਨੂੰ 2017 ਵੀ ਯਾਦ ਆ 18 ਵੀ ਯਾਦ ਆ 19 ਵੀ ਯਾਦ ਆ ਤੇ 20 ਵੀ ਯਾਦ ਆ 20 ਦੇ ਵਿੱਚ ਥੋਡੀ ਸਰਕਾਰ ਵਲੇ ਜ਼ਹਿਰੀਲੀ ਸ਼ਰਾਬ ਦੇ ਨਾਲ ਲੋਕ ਮਰੇ ਤੁਸੀਂ ਐਕਟਿੰਗਾਂ ਕੀਤੀਆਂ ਥੋਡੀ ਸਰਕਾਰ ਵਲੇ 19 ਦੇ ਵਿੱਚ ਇੱਕ ਫਤੇ ਵੀ ਬੱਚਾ ਜਿਹੜਾ ਬੋਰਵੈਲ ਦੇ ਵਿੱਚ ਡਿੱਗਿਆ ਤੁਸੀਂ ਕੁਝ ਕਰ ਨਹੀਂ ਸਕੇ ਤੁਸੀਂ ਸਿਰਫ ਸਿਆਸਤਾਂ ਕੀਤੀਆਂ ਪਾਣੀ ਆਏ ਹੜ੍ਹ ਆਏ ਤੁਸੀਂ ਕੀਤਾ ਕੀ ਹੈ ਅਜੇ ਤੱਕ ਕੁਝ ਨਹੀਂ ਹੋਇਆ ਸਿਰਫ ਤੇ ਸਿਰਫ ਤੁਹਾਡਾ ਧਿਆਨ ਆਪ ਦੀਆਂ ਗੱਡੀਆਂ ਆਪ ਦੀਆਂ ਸਿਕਿਉਰਟੀਆਂ ਲੈਣ ਵਾਸਤੇ ਰਿਹਾ ਜਿਹੜੀਆਂ ਅੱਜ ਭੈਣਾ ਸਾਡੀਆਂ ਬੈਠੀਆਂ ਧਰਨੇ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਸਾਨੂੰ ਇਹ ਦੱਸੋ ਤੁਹਾਡੇ ਬੱਚੇ ਤਾਂ ਤਗੜੇ ਸਕੂਲ ਜਾਂ ਸਕੂਲਾਂ ਦੇ ਵਿੱਚ ਪੜੀ ਜਾਂਦੇ ਆ ਤੁਹਾਡੇ ਕਾਂਗਰਸ ਸਰਕਾਰ ਵੇਲੇ ਕੰਮ ਹੋ ਜਾਂਦੇ ਆ ਪਰ ਜਿਹੜੇ ਲੋਕਾਂ ਦੇ ਕੰਮ ਨਹੀਂ ਹੁੰਦੇ ਉਹ ਕਿੱਥੇ ਜਾਣ ਲੋਕੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੇਕਰ ਤੁਹਾਡੇ ਵਿੱਚ ਇਨਸਾਨੀਅਤ ਹੈਗੀ ਆ ਤਾਂ ਤੁਸੀਂ ਉਹ ਫੇਸਬੁੱਕ YouTube ਤੇ ਨਾ ਤੁਸੀਂ ਉਹ ਕਰੋ ਹੁਣ ਇੱਕ ਫੇਸਬੁੱਕ ਤੇ ਕਿਸੇ ਸੱਜਣ ਨੇ ਮੈਸੇਜ ਲਿਖਿਆ ਮੈਂ ਪੜਿਆ ਕਮੈਂਟ ਲਿਖਿਆ ਕਮੈਂਟ ਦੇ ਵਿੱਚ ਕੀ ਲਿਖਿਆ ਕਹਿੰਦਾ ਜਦੋਂ ਨੌਜਵਾਨ ਨੌਕਰੀਆਂ ਮੰਗਣ ਜਾਂਦੇ ਆ ਤਾਂ ਉਦੋਂ ਤਾਂ ਪੁਲਿਸ ਵਾਲੇ ਮਿੰਟੋਂ ਮਿੰਟ ਪਹੁੰਚ ਜਾਂਦੇ ਆ ਕਹਿੰਦਾ ਜਿੰਨਾ ਵਾਰੀ ਵੀ ਪਹੁੰਚੇ ਵੀ ਧਰਨਾ ਲਈ ਖੜੇ ਆ ਕਮੈਂਟ ਸੋਚਣ ਵਾਲਾ ਉਹ ਬਾਈ ਦਾ ਸਾਰੇ ਲੋਕ ਜੇ ਮੰਨ ਲਓ ਥੱਲੇ ਲੱਖ ਬੰਦੇ ਨੇ ਵੀਡੀਓ ਵੇਖੀ ਆ ਕਾਂਗਰਸੀਆਂ ਦੀ ਥੱਲੇ 5000 ਕਮੈਂਟ ਆਇਆ ਤਾਂ ਵਿੱਚੋਂ ਉਹਦੇ ਵਿੱਚੋਂ 4500 ਕਮੈਂਟ ਇਹਨਾਂ ਦੇ ਵਿਰੁੱਧ ਆਇਆ ਪਰ ਉਹ 4500 ਬੰਦਾ ਗਰਾਊਂਡ ਲੈਵਲ ਤੇ ਨਹੀਂ ਉਤਰਦਾ ਸਾਡੀ ਰਾਜੇ ਵਿੜਿੰਗ ਨਾਲ ਕੋਈ ਦੁਸ਼ਮਣੀ ਨਹੀਂ ਸਾਡੀ ਆਸ਼ੂ ਮੰਤਰੀ ਨਾਲ ਕੋਈ ਦੁਸ਼ਮਣੀ ਨਹੀਂ ਸਾਡੀ ਕਾਂਗਰਸ ਨਾਲ ਕੋਈ ਦੁਸ਼ਮਣੀ ਨਹੀਂ ਸਾਡੀ ਹੋਰਾਂ ਪਾਰਟੀ ਨਾਲ ਕੋਈ ਦੋਸਤੀ ਨਹੀਂ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਸਾਡੇ ਕਿਸੇ ਨਾਲ ਦੋਸਤੀ ਵੈਰ ਨਹੀਂਗਾ ਪਰ ਗੱਲ ਸਚਾਈ ਦੀ ਕਰੋ ਤੁਸੀਂ ਉਹਨਾਂ ਤੋਂ ਵਾਅਦੇ ਉਂਗਲਾ ਤਾਂ ਚੱਕੋ ਜੇ ਤੁਸੀਂ ਸਹੀ ਰਹੇ ਤਾਂ ਤੁਸੀਂ ਆਪਦੇ ਵਾਅਦੇ ਪੂਰੇ ਕੀਤੇ ਤਾਂ ਜਿਹੜੇ ਅੱਜ ਨੌਜਵਾਨ ਨੌਕਰੀਆਂ ਮੰਗਦੇ ਫਿਰਦੇ ਆ ਕੱਲ ਵੀ ਉਹੀ ਸੀ ਤੁਹਾਡੀ ਸਰਕਾਰ ਵੇਲੇ ਜਿਹੜੇ ਮਾਨਸਾ ਦੇ ਵਿੱਚ ਕੁੱਟੇ ਜਿਹੜੇ ਪਟਿਆਲੇ ਦੇ ਵਿੱਚ ਕੁੱਟੇ ਉਹੀ ਸੀ ਡੰਡੇ ਉਹੀ ਸੀ ਤੁਸੀਂ ਦੱਸੋ ਮੈਨੂੰ ਗੱਲਾਂ ਕਰਨੀਆਂ ਆਸਾਨ ਹੁੰਦੀਆਂ ਰਾਜਾ ਸਾਹਿਬ ਤੁਹਾਡੇ ਐਮਐਲਏ ਬਣ ਤੋਂ ਬਾਅਦ ਤੁਹਾਡੇ ਐਮਐਲਏ ਬਣ ਤੋਂ ਪਹਿਲਾਂ ਦੀ ਪ੍ਰਾਪਰਟੀ ਚੈੱਕ ਕੀਤੀ ਜਾਵੇ ਤਾਂ ਤੁਹਾਡੇ ਐਮਐਲਏ ਬਣ ਤੋਂ ਬਾਅਦ ਵੀ ਪ੍ਰੋਫਾਈਲ ਚੈੱਕ ਕੀਤੀ ਜਾਵੇ ਥੋੜਾ ਬਹੁਤ ਫਰਕ ਪਿਆ ਹੁਣ ਪਰ ਜਿਹੜੇ ਲੋਕ ਆ ਤੁਹਾਡੇ ਐਮਐਲਏ ਬਣ ਤੋਂ ਪਹਿਲਾਂ ਦੇ ਚੈੱਕ ਕੀਤੇ ਜਾਣ ਇਹਨਾਂ ਦੇ ਪਿਓ ਦਾ ਤੇ ਇਹਨਾਂ ਦੇ ਆਜਰ ਕਾਰਡ ਚੈੱਕ ਕਰਦੇ ਕੀ ਕੀਤੇ ਜਾਣ ਜਿਹੜੇ ਲੋਕ ਪਹਿਲਾਂ ਵੀ ਤੁਹਾਡੇ ਐਮਐਲਏ ਬਣ ਤੋਂ ਪਹਿਲਾਂ ਦਿਹਾੜੀਆਂ ਕਰਦੇ ਸੀ ਉਹ ਤੁਹਾਡੇ ਐਮਐਲਏ ਤੁਸੀਂ ਮੇਰੇ ਸਾਹਮਣੇ ਦੂਜੀ ਤੀਜੀ ਵਾਰੀ ਬਣ ਚੁੱਕੇ ਹੋ ਉਹ ਅੱਜ ਵੀ ਦਿਹਾੜੀਆਂ ਕਰਦੇ ਫਿਰਦੇ ਆ ਰਾਜਾ ਵਡਿੰਗ ਸਾਹਿਬ ਉਹ ਅੱਜ ਵੀ ਦਿਹਾੜੀਆਂ ਕਰਦੇ ਫਿਰਦੇ ਆ ਜਿਹੜੇ ਆਕਾ ਆਪਣੇ ਕਹਿੰਦੇ ਆ ਮੈਂ ਜਿੰਨੇ ਤੁਹਾਡੇ ਆਸ਼ੂ ਮੰਤਰੀ ਤੋਂ ਪਹਿਲਾਂ ਜਿਹੜੇ ਕਾਂਗਰਸ ਆਜਨੀ ਨਹੀਂ ਕੋਈ ਸ਼ੁਰੂ ਹੋਈ ਕਾਂਗਰਸ ਸਾਡੇ ਦਾਦੇ-ਪੁਰਦਾਦੇ ਵੇਰਿਆਂ ਦੀ ਆ ਤੇ ਸਾਡੇ ਜਿਹੜੇ ਦਾਦੇ-ਪੁਰਦਾਦੇ ਸੀ ਉਦੋਂ ਵੀ ਧਿਆੜੀਆਂ ਕਰਦੇ ਸੀ ਸਾਡੇ ਅੱਜ ਪਿਓ ਵੀ ਧਿਆੜੀਆਂ ਕਰੀ ਜਾਂਦੇ ਆ ਤੇ ਸਾਡੇ ਜਿਹੜੇ ਨੌਜਵਾਨ ਅੱਜ ਦੀ ਪਨੀਰੀ ਆ ਜਿਹੜੀ ਥੋੜੀ ਕਾਂਗਰਸ ਸਰਕਾਰ ਵੀ ਰਹੀ ਉਹ ਅੱਜ ਵੀ ਪੜ੍ਹ ਲੈ ਕੇ ਢੜੀਆਂ ਕਰਦੇ ਫਿਰਦੇ ਆ ਫਰਕ ਇੰਨਾ ਸੀ ਦਾਦੇ ਸਾਡੇ ਅਨਪੜ੍ਹ ਸੀ ਅੱਜ ਨੌਜਵਾਨ ਪੀੜ੍ਹੀ ਉਹਨਾਂ ਜਿਹੜੇ ਸਾਡੇ ਦਾਦੇ ਸੀ ਉਹਨਾਂ ਦੇ ਅੱਜ ਪੁੱਤਰੇ ਉਹ ਪੜ੍ਹ ਲੈ ਕੇ ਢੜੀਆਂ ਕਰਦੇ ਫਿਰਦੇ ਆ ਤੁਸੀਂ ਕਿਸ ਆਧਾਰ ਤੇ ਬੋਲ ਰਹੇ ਆ ਤੁਸੀਂ ਕਿਸ ਆਧਾਰ ਤੇ ਕਿਸੇ ਸਰਕਾਰ ਤੇ ਉਂਗਲਾ ਚੱਕੀ ਜਾਂਦੇ ਆ ਪਹਿਲਾਂ ਤੁਸੀਂ ਕਰੋ ਕੇਂਦਰ 'ਚ ਥੋੜੀ ਸਰਕਾਰ ਰਹੀ ਗਰੀਬੀ ਖਤਮ ਕਰਦੇ ਕਰਦਿਆ ਨੇ ਗਰੀਬ ਕਰਤਾ ਦੇਸ਼ ਪਰ ਅਜੇ ਤੱਕ ਗਰੀਬੀ ਨਹੀਂ ਚੱਕੀ ਗਈ ਕਿਸੇ ਲੀਡਰ ਤੋਂ ਮੈਨੂੰ ਇਹ ਗੱਲਾਂ ਦੇ ਜਵਾਬ ਦਿਓ ਤੁਸੀਂ ਬੜੇ ਆਰਾਮ ਦੇ ਨਾਲ ਧਰਨਾ ਲਾ ਕੇ ਕਿਤਨਾ ਕਿਤੇ ਤੁਸੀਂ ਆਪ ਦਾ ਮਜਾਰਾ ਕਰਕੇ ਤੁਸੀਂ ਲੋਕਾਂ ਨੂੰ ਬੇਕੂਬ ਬਣਾ ਕੇ ਸਰਕਾਰਾਂ ਬਣਾ ਲੈਣੇ ਪਰ ਲੋਕਾਂ ਨੂੰ ਇਨਸਾਫ ਕੌਣ ਦੇਊਗਾ ਲੋਕਾਂ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਚਾਰ ਸੌਰੀ ਅੱਜ ਮੈਂ ਚਾਰਾਂ ਦੀ ਗੱਲ ਕਰੂੰਗਾ ਪਹਿਲਾ ਚਾਹੀਦੀ ਉਹਨੂੰ ਸਿਹਤ ਬੱਚਾ ਜਦੋਂ ਜੰਮਦਾ ਚਾਹੇ ਉਹ ਐਸ்சி ਬੀਸੀ ਜਰਨਲ ਕਿਸੇ ਕੈਟਾਗਰੀ ਦਾ Hindu Muslim Sikh ईसाई ਕੋਈ ਆ ਇਹੋ ਜਿਹਾ ਜਰਨਲ ਕੈਟਾਗਰੀ ਦੇ ਵਿੱਚ ਐਸਸੀ ਬੀਸੀ ਕੈਟਾਗਰੀ ਦੇ ਵਿੱਚ ਹਿੰਦੂ ਈਸਾਈ ਮੁਸਲਮ ਸਿੱਖ ਜਿੰਨੇ ਵਿਚਾਰੇ ਧਰਮ ਚਾਰੇ ਧਰਮਾਂ ਦੇ ਵਿੱਚੋਂ ਇਹੋ ਜਿਹੇ ਲੋਕ ਪਏ ਜਦੋਂ ਬੱਚਾ ਹੋਣ ਵਾਲਾ ਹੁੰਦਾ ਤਾਂ ਉਦੋਂ ਹਸਪੀਟਲ ਦੇ ਵਿੱਚ ਜਾਂਦੇ ਆ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਕਿਸੇ ਟਾਈਮ ਤੇ ਦੋਨਾਂ ਮਾਂ ਪੁੱਤਾਂ ਦੀ ਮੌਤ ਹੋ ਜਾਂਦੀ ਆ ਕਾਰੇ ਪਿੱਛੇ ਪੈਸੇ ਪਿੱਛੇ ਤਾਂ ਤੁਸੀਂ ਇਹ ਸੇ ਡਿਪਾਰਟਮੈਂਟ ਸਰਕਾਰੀ ਕਰੋ ਚੰਗਾ ਕਰੋ ਪ੍ਰਾਈਵੇਟਾਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਹੋਣੀਆਂ ਨਹੀਂ ਚਾਹੀਦੀਆਂ ਉਹ ਸਰਕਾਰੀ ਚੋਣੀਆਂ ਚਾਹੀਦੀਆਂ ਸਰਕਾਰੀ ਤੁਹਾਡੇ ਹਸਪੀਟਲ ਰੈਫਰਲ ਕਰਨ ਵਾਸਤੇ ਰੱਖੇ ਗਏ ਆ ਫਾਇਲ ਕਾ ਜਾਨਨੇ ਕਹਿੰਦੇ ਫਰੀਦਕੋਟ ਜਾਓ ਇਹ ਸੋਚਣੀਆਂ ਪੈਣੀਆਂ ਗੱਲਾਂ ਦੂਜੀ ਚੀਜ਼ ਚਾਹੀਦੀ ਆ ਬੱਚਾ ਵੱਡਾ ਹੋਇਆ ਜਿਹੜਾ ਬੱਚਾ ਉਹਨੂੰ ਸਿੱਖਿਆ ਚਾਹੀਦੀ ਆ ਉਹਦੀ ਪੜ੍ਹਾਈ ਫ੍ਰੀ ਹੋਣੀ ਚਾਹੀਦੀ ਆ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਆ ਪ੍ਰਾਈਵੇਟ ਸਕੂਲ ਬੰਦ ਹੋਣੇ ਚਾਹੀਦੇ ਸਰਕਾਰੀ ਦੇ ਵਿੱਚ ਸਭ ਕੁਝ ਹੋਣਾ ਚਾਹੀਦਾ ਫਿਰ ਜਦੋਂ ਬੱਚਾ ਵੱਡਾ ਹੁੰਦਾ ਉਹਨੂੰ ਰੋਜ਼ਗਾਰ ਚਾਹੀਦਾ ਤੇ ਚੌਥੀ ਚੀਜ਼ ਆ ਸੜਕਾਂ ਸੱਸੇ ਸਿਹਤ ਸੱਸਾ ਸਿੱਖਿਆ ਤੇ ਸੱਸਾ ਸੜਕਾਂ ਰਾਰਾ ਰੋਜ਼ਗਾਰ ਇਹ ਚੀਜ਼ਾਂ ਚਾਹੀਦੀਆਂ ਲੋਕਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਮੇਰੀ ਇਹ ਬੇਨਤੀ ਆ ਅਪੀਲ ਆ ਕਿ ਜੇਕਰ ਵਿਜੀਲੈਂਸ ਨੂੰ ਵੀ ਬੇਨਤੀ ਆ ਤੁਸੀਂ ਸਬੂਤ ਵਿਖਾਓ ਇਹਨਾਂ ਨੂੰ ਤੇ ਮੇਰੀ ਕਾਂਗਰਸੀਆਂ ਨੂੰ ਬੇਨਤੀ ਆ ਜੇ ਆਪਣਾ ਮੰਤਰੀ ਜੇ ਬੇਕਸੂਰ ਆ ਪਹਿਲੀ ਗੱਲ ਤਾਂ ਵੀਡੀਓ ਪਿੰਗਾ ਸਾਰੀਆਂ ਜਿਵੇਂ ਬੋਲ ਬਣੀਆਂ ਇਹਨਾਂ ਦੀ ਤਾਂ ਤੁਸੀਂ ਉਹ ਤੁਸੀਂ ਸਬੂਤ ਵਿਖਾਓ ਵੀ ਇਹ ਬੇਕਸੂਰ ਐ ਇਸ ਤਰ੍ਹਾਂ ਕਰਕੇ ਪਰ ਅਸੀਂ ਤੁਹਾਡੇ ਹੱਕ 'ਚ ਖੜਾਂਗੇ ਜੇ ਬੇਕਸੂਰ ਹੋਇਆ ਤਾਂ ਮੈਂ ਵਾਦਾ ਕਰਦਾ ਪਰਮਾਤਮਾ ਤੋਂ ਡਰ ਕੇ ਤੁਸੀਂ ਸਬੂਤ ਦਿਖਾਓ মিডিਆ ਨੂੰ ਕਿ ਆਸ਼ੂ ਮੰਤਰੀ ਬੇਕਸੂਰਾ ਤੁਹਾਡੇ ਪੱਖ 'ਚ ਆ ਕੇ ਮੈਂ ਖੜੂੰਗਾ ਤੇ ਜੇ ਵਿਜੀਲੈਂਸ ਵੱਕ ਹੁੰਦੀ ਆ ਵੀ ਇੱਕ ਸੂਰਬਾਰ ਹੈ ਤਾਂ ਮੈਂ ਤੁਹਾਡੇ ਪੱਖ 'ਚ ਆ ਕੇ ਖੜੂੰਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ